ਸੰਧਿਆ ਹੋਵੇ ਤੇ ਰੋਜ਼ਾ ਖੋਲੀਏ, ਰੋਟੀ ਯਾਦ ਆਉਂਦੀ, ਸਾਰਾ ਦਿਨ ਭੋਜਨ ਯਾਦ ਆਉਂਦਾ। ਧਨ ਗੋਪਾਲ, ਧਨ ਗੁਰਦੇਵ, ਧਨ ਅਨਾਦ ਭੂਖੇ ਕਵਲ ਟੇਕਿਆ। ਦੰਤਾ ਦੇ ਯੋਗ ਹੈ ਗੋਪਾਲ, ਦੰਤਾ ਦੇ ਯੋਗ ਹੈ ਗੁਰੂ, ਦੰਤਾ ਦੇ ਯੋਗ ਹੈ ਅੰਨ ਰੋਟੀ। ਭੁੱਖਾ ਮਨੁੱਖ ਇੰਝ ਖਿੜ ਜਾਂਦਾ ਹੈ ਖਾ ਕੇ ਜਿਵੇਂ ਕਮਲ ਦਾ ਫੁੱਲ। ਧਨ ਅਨਾਦ ਭੂਖੇ ਕਵਲ ਟੇਕੇ, ਧਨ ਓਏ ਸੰਤ ਜਿਨ ਐਸੀ ਜਾਣੀ, ਤਿੰਨ ਕੋ ਮਿਲਬੋ ਸਾਰੰਗ ਪਾਣੀ। ਚੌਥਾ, ਉਹ ਸੰਤ ਜਨ ਧਨਤਾ ਦੇ ਯੋਗ ਪੂਜਣ ਯੋਗ ਜਿਹਨੇ ਇਸ ਅਸਲੀਅਤ ਨੂੰ ਜਾਣਿਆ ਕਿ ਅੰਨ ਵੀ ਧਨ ਹੈ, ਅੰਨ ਵੀ ਪੂਜਣ ਯੋਗ ਹੈ। ਸੰਗਤ ਤੇ ਪੰਗਤ ਗੁਰੂ ਨੇ ਤੇ ਇਕੱਠੀ ਕਰ ਦਿੱਤੀ, ਭਜਨ ਤੇ ਭੋਜਨ ਇਕੱਠਾ ਕਰ ਦਿੱਤਾ। ਭਜਨ ਦਾ ਜਿਤਨਾ ਸਨਮਾਨ ਹੈ ਭੋਜਨ ਦਾ ਵੀ ਉਤਨਾ, ਕਿਉਂਕਿ ਇਸ ਤੋਂ ਬਿਨਾਂ ਭਜਨ ਹੋ ਨਹੀਂ ਸਕੇਗਾ। ਸਰੀਰ ਬਣਿਆ ਭੋਜਨ ਤੋਂ ਹੈ, ਮੈਂ ਫਿਰ ਅਰਜ਼ ਕਰਾਂ, ਖੂਨ ਤੋਂ ਬਣਿਆ, ਬਿੰਦ ਤੋਂ ਬਣਿਆ, ਖੂਨ ਤੇ ਬਿੰਦ ਰੋਟੀ ਤੋਂ ਬਣਦਾ, ਭੋਜਨ ਤੋਂ ਬਣਦਾ। ਸਾਰੀ ਜ਼ਿੰਦਗੀ ਚਿੰਤਾ ਵੀ ਰੋਟੀ ਦੀ ਆਉਂਦੀ ਹੈ। ਗੁਰੂ ਨਾਨਕ ਕਹਿੰਦੇ ਨੇ, ਨਾ ਕਰ ਚਿੰਤ, ਚਿੰਤਾ ਹੈ ਕਰਤੇ। ਇਹ ਚਿੰਤਾ ਕਰਤੇ ਪੁਰਖ ਨੂੰ ਕਰਨ ਦੇ ਜਿਸਨੇ ਬਣਾਇਆ ਜਗਤ। ਸੋ ਕਰਤਾ ਚਿੰਤਾ ਕਰੇ, ਜਿਨ ਉਪਾਇਆ ਜਗ, ਤੂੰ ਕੇਵਲ ਉੱਦਮ ਕਰ ਤੇ ਉਹਦਾ ਚਿੰਤਨ ਕਰ, ਚਿੰਤਾ ਰੱਬ ਤੇ ਛੋੜ। ਕਿਉਂ? ਉਹਨੇ ਆਪਣੇ ਆਪ ਨਿਜ਼ਾਮ ਬਣਾਇਆ ਹੈ, ਪਹਿਲੇ ਦੇ ਤੇ ਰਿਜਕ ਸੰਭਾਹਾ, ਪਾਛੇ ਦੇ ਤੇ ਜੰਤ ਉਪਾਹਾ। ਉਹ ਜੀਵ ਦਾ ਜਨਮ ਬਾਅਦ ਵਿੱਚ ਕਰਦਾ ਹੈ, ਪ੍ਰਭੂ ਰਿਜਕ ਪਹਿਲੇ ਬਣਾ ਦਿੰਦਾ। ਪੰਕਤੀਆਂ ਬੜੀ ਕੀਮਤੀ ਨੇ, ਪਹਿਲੇ ਦੇ ਤੇ ਰਿਜਕ ਸੰਭਾਹ, ਪਾਛੇ ਦੇ ਜੰਤ ਉਪਾਹ। ਜੀਵ ਬਾਅਦ ਵਿੱਚ ਪੈਦਾ ਹੁੰਦਾ। ਇਹ ਮੈਂ ਇਸ ਵਾਸਤੇ ਦੁਹਰਾ ਰਿਹਾ, ਸਾਰੀ ਬੇਈਮਾਨੀ ਠੱਗੀ ਰੋਟੀ ਕਰਕੇ ਚੱਲਦੀ ਹੈ, ਸਾਰਾ ਅਨਰਥ ਰੋਟੀ ਕਰਕੇ ਚੱਲਦਾ, ਰਿਜਕ ਦੀ ਚਿੰਤਾ। ਮੈਂ ਫਿਰ ਅਰਜ਼ ਕਰਾਂ, ਧਨ ਦਾ ਅੰਬਾਰ ਰੋਟੀਆਂ ਦਾ ਅੰਬਾਰ ਹੈ। ਮੈਨੂੰ ਮਿਲਦਾ ਰਹੇ, ਪੁੱਤਰਾਂ ਨੂੰ ਮਿਲਦਾ ਰਹੇ, ਪੋਤਰਿਆਂ ਨੂੰ ਮਿਲਦਾ ਰਹੇ, ਸਤ ਪੀੜ੍ਹੀਆਂ ਨੂੰ ਮਿਲਦਾ ਰਹੇ, ਇਹ ਨੋਟਾਂ ਦੇ ਬੰਡਲ ਰੋਟੀਆਂ ਦੇ ਬੰਡਲਾਂ ਤੋਂ ਇਲਾਵਾ ਹੋਰ ਕੁਛ ਵੀ ਨਹੀਂ ਨਾ, ਹੋਰ ਕੁਛ ਵੀ ਨਹੀਂ ਨਾ। ਖਾਣੀ ਤੇ ਮਨੁੱਖ ਨੇ ਰੋਟੀ, ਹੋਰ ਕੀ ਹੈ। ਮਹਾਰਾਜ ਕਹਿੰਦੇ ਰਿਜ਼ਕ ਪਹਿਲੇ ਹੈ, ਜੀਵ ਦਾ ਜਨਮ ਬਾਅਦ ਵਿੱਚ ਹੈ। ਇਹਦੇ ਉੱਤੇ ਇੱਕ ਬੜੀ ਪੁਖਤਾ ਦਲੀਲ ਦਿੱਤੀ ਹੈ ਇਰਾਨੀ ਸੂਫੀ ਸੰਤ ਸ਼ੇਖ ਸਾਦੀ ਨੇ। ਉਹ ਕਹਿੰਦੇ ਨੇ, ਗਮੇ ਰੋਜ਼ੀ ਮਖੁਰ, ਹੋਰ ਕੋਈ ਗਮ ਕਰਨਾ ਤੇ ਕਰ ਲੈ, ਰਿਜ਼ਕ ਦਾ ਗਮ ਨਾ ਕਰ, ਨਾ ਕਰ। ਗਮੇ ਰੋਜ਼ੀ ਮਖੁਰ, ਮਜ਼ਨ ਔਰ ਆ ਕੇ ਦਫ਼ਤਰ ਰਾ, ਕਿ ਪੇਸ਼ੇ ਅਸਤਿ ਫਲ ਏਜ਼ਦ, ਕਲ ਕੁਨਦ ਪਸਤਾਨੇ ਮਾਦਰ ਰਾ। ਤਿਫਲ ਕਹਿੰਦੇ ਨੇ ਬੱਚੇ ਨੂੰ, ਮਾਦਰ ਮਾਂ ਦੇ ਪਸਤਾਨ ਵਿੱਚ, ਅਸਤਣਾਂ ਵਿੱਚ ਦੁੱਧ ਪਹਿਲੇ ਬਣ ਗਿਆ ਹੈ, ਬੱਚੇ ਦਾ ਜਨਮ ਬਾਅਦ ਵਿੱਚ ਆਉਂਦਾ, ਰਿਜ਼ਕ ਪਹਿਲੇ ਹੈ,
ਜੀਵ ਦਾ ਜਨਮ ਬਾਅਦ ਵਿੱਚ ਹੈ, ਬੱਚੇ ਦਾ ਆਵਣਾ ਬਾਅਦ ਵਿੱਚ ਹੈ, ਅਸਥਣਾਂ ਵਿੱਚ ਦੁੱਧ ਦਾ ਬਣਨਾ ਪਹਿਲੇ ਹੈ। ਇਹ ਮਨੁੱਖ ਤੂੰ ਇੱਥੋਂ ਗਿਆਨ ਕਿਉਂ ਨਹੀਂ ਲੈਂਦਾ? ਰਿਜ਼ਕ ਪਹਿਲੇ ਹੈ, ਜੀਵ ਬਾਅਦ ਵਿੱਚ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਚਿੰਤਾ ਨਾ ਕਰ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਟ। ਰੋਟੀ ਦੀ ਇਹ ਚਿੰਤਾ ਮਨੁੱਖ ਨੂੰ ਬੇਈਮਾਨ ਬਣਾਉਂਦੀ ਹੈ, ਠੱਗ ਬਣਾਉਂਦੀ ਹੈ, ਚੋਰ ਬਣਾਉਂਦੀ ਹੈ, ਦੁਰਾਚਾਰੀ ਬਣਾਉਂਦੀ ਹੈ, ਪਤਾ ਨਹੀਂ ਕਿਤਨੇ ਕਿਤਨੇ ਅਨਰਥ ਮਨੁੱਖ ਦੇ ਕੋਲੋਂ ਕਰਾਉਂਦੀ। ਅਗਰ ਜਾਓਗੇ ਪਿਛੋਕੜ ਦੇ ਤਿੱਕ ਇਹੀ ਕੁਛ ਹੈ, ਕਿਉਂਕਿ ਤੁਹਾਨੂੰ ਬਣਿਆ ਰੋਟੀ ਤਾਂ, ਜੀਵੇਗਾ ਰੋਟੀ ਦੇ ਆਸਰੇ ਤੇ, ਤਾਂ ਚਿੰਤਾ ਵੀ ਰੋਟੀ ਦੀ ਸਾਰੀ ਜ਼ਿੰਦਗੀ, ਸਾਰੀ ਜ਼ਿੰਦਗੀ। ਦੂਸਰਾ ਪਹਿਲੂ ਮੈਂ ਅਰਜ਼ ਕਰਾਂ, ਸਨਾਤਨ ਮਤ ਨੇ ਐਸਾ ਉਦਾਹਰਣ ਦਿੱਤਾ ਕਿ ਸੰਸਾਰ ਤੇ ਬ੍ਰਹਮੇ ਨੇ ਬਣਾਇਆ ਔਰ ਇਹਦੀ ਪਰਲੇ ਸ਼ਿਵ ਜੀ ਕਰਦੇ ਨੇ, ਪਰ ਪਾਲਣਾ ਵਿਸ਼ਨੂੰ ਕਰਦਾ। ਵਿਆਪਕ ਪੱਧਰ ਤੇ ਹਿੰਦੂ ਜਗਤ ਵਿੱਚ ਪੂਜਾ ਵਿਸ਼ਨੂੰ ਦੀ ਹੈ। ਬ੍ਰਹਮੇ ਦੇ ਤੇ ਮੈਂ ਸਾਰੇ ਭਾਰਤ ਦੇ ਸਿਰਫ ਦੋ ਮੰਦਰ ਦੇਖੇ ਨੇ, ਛੋਟੇ ਛੋਟੇ ਨਿੱਕੇ ਨਿੱਕੇ, ਇੱਕ ਪੁਸ਼ਕਰ ਦੇ ਤੇ ਕਿਸੇ ਹੋਰ ਪਿੰਡ ਦੇ ਚ ਦੇਖਿਆ ਸੀ। ਬ੍ਰਹਮੇ ਦੀ ਤਾਂ ਨਹੀਂ ਪੂਜਾ, ਪੂਜਾ ਹੈ ਵਿਸ਼ਨੂੰ ਦੀ। ਤੂੰ ਸਾਡੇ ਘਰ ਰੋਜ਼ ਆ, ਕਿਉਂਕਿ ਤੂੰ ਆਵੇਂਗਾ ਤੋ ਲਕਸ਼ਮੀ ਵੀ ਆਵੇਗੀ, ਰੋਟੀਆਂ ਵੀ ਆਣਗੀਆਂ, ਰੋਟੀਆਂ ਤੇਰੇ ਨਾਲ, ਲਕਸ਼ਮੀ ਤੇਰੇ ਨਾਲ। ਸ਼ਿਵ ਜੀ ਦੀ ਵੀ ਪੂਜਾ ਹੈ ਵਿਸ਼ਨੂੰ ਤੋਂ ਬਾਅਦ, ਬਾਬਾ ਤੂੰ ਸਾਡਾ ਘਰ ਛੱਡ ਦਈ ਅੱਗੇ ਚਲਾ ਜਾਏ। ਇੱਕ ਦੀ ਪੂਜਾ ਲੋਭ ਕਰਕੇ, ਇੱਕ ਦੀ ਪੂਜਾ ਡਰ ਕਰਕੇ, ਬਹਿ ਕਰਕੇ। ਕਿਉਂ? ਇੱਕ ਕਿਸੇ ਦੇ ਘਰ ਚਲਾ ਜਾਂਦਾ ਤਾਂ ਉੱਥੋਂ ਕੋਈ ਨਾ ਕੋਈ ਜੀਵ ਲੈ ਆਉਂਦਾ, ਮੌਤ ਹੋ ਜਾਂਦੀ, ਮੌਤ ਦਾ ਦੇਵਤਾ ਹੈ, ਪਰਲੇ ਦਾ ਦੇਵਤਾ। ਇੱਕ ਦੀ ਡਰ ਦੇ ਮਾਰਿਆਂ ਪੂਜਾ ਹੈ, ਇੱਕ ਦੀ ਲੋਭ ਦੇ ਮਾਰਿਆਂ ਪੂਜਾ ਹੈ। ਮਨੁੱਖ ਜਿੱਥੇ ਵੀ ਸਲਾਮ ਕਰੇਗਾ ਝੁਕੇਗਾ, ਜਾਂ ਤੇ ਲੋਭ ਕਰਕੇ ਝੁਕਦਾ ਜਾਂ ਡਰ ਕਰਕੇ, ਹੋਰ ਕਿਸ ਕਰਕੇ ਝੁਕਦਾ? ਹੋਰ ਕੋਈ ਕਾਰਨ ਨਹੀਂ ਹੈ। ਲੋਭ ਕਰਕੇ ਮਨੁੱਖ ਝੁਕਦਾ ਹੈ ਵਿਸ਼ਨੂੰ ਦੇ ਅੱਗੇ, ਤੂੰ ਰੋਜ਼ ਸਾਡੇ ਘਰ ਆ, ਤੂੰ ਆਵੇਂਗਾ ਲਕਸ਼ਮੀ ਆਵੇਗੀ। ਸ਼ਿਵ ਜੀ ਦੇ ਅੱਗੋਂ ਵੀ ਝੁਕਦਾ ਹੈ, ਬਾਬਾ ਬਾਕੀਆਂ ਦੇ ਘਰਾਂ 'ਚ ਜਾਵੀਂ, ਸਾਡਾ ਘਰ ਛੱਡ ਦੇ, ਸਾਡੇ ਘਰ ਤੋਂ ਲੰਘ ਜਾਏ। ਇੱਕ ਮੌਤ ਦਾ ਦੇਵਤਾ, ਇੱਕ ਪਾਲਣ ਕਰਨ ਵਾਲਾ, ਐਸਾ ਮਿਥਿਆਸ ਹੈ, ਮਿਥ ਹੈ। ਕਰਤ ਹੋਵੇ ਨਹਿ ਕਰਮ, ਤਿਸ ਬੈਸਨੋ ਕਾ ਨਿਰਮਲ ਧਰਮ। ਸੰਸਾਰ ਵਿੱਚ ਅੱਜ ਤੱਕ ਜੋ ਕੁਛ ਮਿਲਿਆ ਕਰ ਕਰਕੇ ਮਿਲਿਆ, ਕੁਛ ਵੀ ਤੁਹਾਨੂੰ ਮਿਲਿਆ, ਧਨ ਸੰਪਦਾ, ਮਹਿਲ ਮਾੜੀਆਂ, ਪਰਿਵਾਰ ਦੇ ਸੰਬੰਧ ਕਰ ਕਰਕੇ ਜੁੜੇ ਨੇ, ਕਰ ਕਰਕੇ ਮਿਲੇ ਨੇ। ਬਾਹਰੋਂ ਜੋ ਕੁਛ ਵੀ ਮਿਲਦਾ ਕਰ ਕਰਕੇ ਮਿਲਦਾ, ਕਰਮਾਂ ਨਾਲ ਮਿਲਦਾ। ਅਤੇ ਬੰਦਾ ਸੋਚਦਾ ਪਰਮਾਤਮਾ ਵੀ ਕਰ ਕਰਕੇ ਮਿਲੇਗਾ, ਅਗਰ ਮੇਰੇ ਕਰਨ ਨਾਲ ਮਿਲਦਾ ਮੈਨੂੰ ਪਰਮਾਤਮਾ, ਤਾਂ ਮੇਰਾ ਕਰਨਾ ਉਹਦੀ ਕੀਮਤ ਹੋ ਗਈ, ਮੇਰਾ ਕਰਨਾ ਉਹਦਾ ਮੁੱਲ ਹੋ ਗਿਆ। ਉਮੀਦ ਹੈ ਤੁਹਾਡੀ ਪਕੜੀ ਜ਼ਰੂਰ ਆਵੇਗੀ ਗੱਲ, ਮੇਰੇ ਕਰਮ ਉਹਦੀ ਕੀਮਤ ਹੋ ਗਏ, ਮੈਂ ਇਤਨੇ ਕਰਮ ਕਰਾਂਗਾ ਪਰਮਾਤਮਾ ਮਿਲ ਗਿਆ। ਫਿਰ ਪਰਮਾਤਮਾ ਵੱਡਾ ਨਹੀਂ, ਮੇਰੇ ਕਰਮ ਵੱਡੇ ਨੇ, ਕਿਉਂਕਿ ਮੈਂ ਕਰਮਾਂ ਨਾਲ ਪਰਮਾਤਮਾ ਨੂੰ ਵੀ ਖਰੀਦ ਸਕਦਾ। ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ
ਤੇਰੇ ਰਹਿ ਸਮਾ। ਉਹਨੂੰ ਕਰਮਾਂ ਤੇ ਮਾਣ ਨਹੀਂ ਰਹਿ ਜਾਂਦਾ ਔਰ ਕਰਮ ਸਹਿਜ ਹੋ ਜਾਂਦਾ, ਉਹਦੇ ਕੋਲ ਕਰਦਾ ਨਹੀਂ ਹੈ। ਤੁਸੀਂ ਆਖੋਗੇ ਕਰਦਾ ਨਹੀਂ ਹੈ, ਦੇਖੋ ਸਵਾਸ ਚੱਲ ਰਹੇ ਨੇ, ਇਹ ਤੁਸੀਂ ਲੈ ਰਹੇ ਹੋ ਕਿ ਆਪਣੇ ਆਪ ਚੱਲ ਰਹੇ ਨੇ? ਜੇ ਨਾ ਚੱਲਣ ਤੇ ਅਸੀਂ ਹੋ ਨਹੀਂ ਸਕਦੇ, ਪਰ ਸਵਾਸ ਅਸੀਂ ਨਹੀਂ ਚਲਾ ਰਹੇ, ਚੱਲ ਰਹੇ ਨੇ। ਸਰੀਰ ਵਿੱਚ ਖੂਨ ਅਸੀਂ ਨਹੀਂ ਚਲਾ ਰਹੇ, ਚੱਲ ਰਿਹਾ। ਦਿਲ ਨੂੰ ਅਸੀਂ ਨਹੀਂ ਧੜਕਾ ਰਹੇ, ਧੜਕ ਰਿਹਾ। ਜੀਵਨ ਦੇ ਜੋ ਬਹੁਤ ਲੋੜਵੰਦਾ ਹੈ, ਕੀਮਤੀ ਹੈ, ਆਪੇ ਹੀ ਹੋ ਰਿਹਾ, ਆਪੇ ਹੀ ਹੋ ਰਿਹਾ। ਐਸੇ ਪੁਰਸ਼ ਕੋਲ ਕਰਮ ਹੁੰਦਾ ਤੇ ਹੈ, ਕਰਮ ਕਰਦਾ ਨਹੀਂ ਹੈ, ਹੁੰਦਾ ਹੈ। ਇਸ ਤਰ੍ਹਾਂ ਹੁੰਦਾ ਹੈ ਜਿਵੇਂ ਸੋਚ ਪੈ ਚੱਲਦੇ ਨੇ, ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਹੁੜ ਜਨਮ ਨਾ ਆਵਾਂ। ਜੈਸੇ ਪ੍ਰਾਣ ਪਏ ਚੱਲਦੇ ਨੇ, ਸ਼ਬਦ ਪਿਆ ਚੱਲਦਾ, ਕਰਮ ਪਏ ਚੱਲਦੇ ਨੇ। ਕਰਨਾ ਖਤਮ ਹੋ ਗਿਆ ਔਰ ਪੂਰੀ ਸਮਝ ਆ ਗਈ ਹੈ। ਤਨ ਰੋਟੀ ਤੋਂ ਬਣਿਆ, ਇਹ ਕਿਰਤ ਕਰਕੇ ਹੈ, ਰੋਟੀ ਲਵੀ ਹੈ। ਔਰ ਜੋ ਮਨ ਹੈ, ਇਹ ਰੋਟੀ ਤੋਂ ਨਹੀਂ ਬਣਿਆ। ਜੋ ਆਤਮ ਜੋਤੀ ਹੈ, ਇਹ ਪਦਾਰਥ ਤੋਂ ਨਹੀਂ ਬਣੇ। ਇਹ ਕਿਸ ਤੋਂ ਬਣੀਏ? ਮਨ ਤੋਂ। ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੈਂ ਉਸਨੂੰ ਲੱਭਣਾ ਨਹੀਂ, ਆਤਮ ਜੋਤੀ ਨੂੰ, ਉਹ ਕੋਈ ਗੁੰਮ ਨਹੀਂ ਹੋਈ। ਮੈਂ ਉਹਦੇ ਕੋਲ ਨਹੀਂ ਜਾਣਾ ਕਿਉਂਕਿ ਮੇਰੇ ਤੋਂ ਦੂਰ ਨਹੀਂ ਹੈ। ਕੋਲ ਤੇ ਬੰਦਾ ਉਸਦੇ ਜਾਵੇ ਜੋ ਆਪਣੇ ਤੋਂ ਦੂਰ ਹੈ। ਦੋ ਸ਼ਬਦ ਮਜਬੂਰੀ ਚ ਕਿਹਾ ਜਾਂਦਾ ਹੈ, ਰੱਬ ਦੇ ਕੋਲ ਜਾਣਾ ਤੇ ਰੱਬ ਨੂੰ ਲੱਭਣਾ। ਇਹ ਮਜਬੂਰੀ ਚ ਸ਼ਬਦ ਆਖਿਆ ਜਾਂਦਾ। ਲੱਭਣਾ ਉਸਨੂੰ ਪੈਂਦਾ ਜਿਹੜਾ ਗੁੰਮ ਹੋ ਗਿਆ, ਤੇ ਜਾਣਾ ਉਹਦੇ ਕੋਲ ਪੈਂਦਾ ਹੈ ਜੋ ਸਰਬਦੇਸੀ ਨਹੀਂ ਹੈ। ਇੱਕ ਜਗ੍ਹਾ ਹੈ ਤੇ ਇੱਕ ਜਗ੍ਹਾ ਨਹੀਂ, ਜਿੱਥੇ ਹੈ ਉੱਥੇ ਜਾਵਾਂਗੇ। ਤੇ ਜਿਹੜਾ ਹੈ ਹੀ ਸਰਬਦੇਸੀ, ਉਹਦੇ ਕੋਲ ਕੀ ਜਾਣਾ, ਉਹਦੇ ਕੋਲ ਕੀ ਜਾਣਾ? ਤੇ ਜਿਹੜਾ ਹੈ ਹੀ ਸਰਬ ਵਿਆਪਕ, ਉਹਨੂੰ ਕੀ ਖੋਜਣਾ? ਉਹ ਤੇ ਹੈ। ਇਹਨੂੰ ਮੈਂ ਦੋ ਸ਼ਬਦਾਂ ਰਾਹੀਂ ਸਪਸ਼ਟ ਕਰਦੇ ਹਾਂ। ਇੱਕ ਬੋਲ ਨੰਦ ਲਾਲ ਦਾ, ਇੱਕ ਸਾਧੀ ਦਾ। ਦੀਦਾਰ ਮੈਂ ਨੁਮਾਈ ਉਹ ਪਰਹੇਜ਼ ਮੈਂ ਕੁਨੇ, ਬਾਜ਼ਾਰ ਖੁਸ਼ ਆਤਿਸ਼ ਮਾਂ ਤੇਜ਼ ਮੈਂ ਕੁਨੇ। ਸਾਧੀ ਕਹਿੰਦੇ ਨੇ, ਹੇ ਖੁਦਾ, ਤੂੰ ਦੀਦਾਰ ਦੇਣਾ ਫਿਰ ਬੁਰਕਾ ਕਰ ਲੈਣਾ, ਪੜਦੇ ਦੇ ਚਲਾ ਜਾਣਾ, ਇੰਜ ਨਾ ਕਰ। ਜਦ ਤੂੰ ਪੜਦਾ ਕਰ ਲੈਂਦਾ, ਬੁਰਕਾ ਕਰ ਲੈਂਦਾ, ਸਾਡੇ ਵੇਖਣ ਦੀ ਤੜਪ ਵੱਧ ਜਾਂਦੀ ਹੈ, ਸਾਡਾ ਹਿਰਦਾ ਤੜਪ ਕੇ ਰਹਿ ਜਾਂਦਾ, ਤੂੰ ਓਲੇ ਹੋ ਜਾਂਦਾ, ਚੁੱਪ ਜਾਂਦਾ। ਇਹਨੂੰ ਖੋਲਦੇ ਨੇ ਨੰਦ ਲਾਲ, ਬਹੁਤ ਸਾਰੇ ਸੂਫੀ ਕਲਾਮ ਨੂੰ ਨੰਦ ਲਾਲ ਨੇ ਖੋਲਿਆ। ਨੰਦ ਲਾਲ ਇਸ ਰਮਜ਼ ਨੂੰ ਇੰਜ ਖੋਲਦੇ ਨੇ, ਤੌਕੇ ਹਮ ਹਜਾਬੇ ਖੁਦੀ ਯਾਰ ਖੁਸ਼ਲਾ ਕਾ ਛੇ ਕੁਨਤ। ਜਦ ਤੈਨੂੰ ਸ਼ੇਖ ਸਾਦੀ ਖੁਦਾ ਨਾ ਦਿਖਾਈ ਦੇਵੇ, ਖੁਦਾ ਬੁਰਕੇ ਚ ਨਹੀਂ, ਤੇਰੀ ਅੱਖਾਂ ਤੇ ਕੋਈ ਪਰਦਾ ਪੈ ਗਿਆ ਹੋਵੇਗਾ, ਹੰਕਾਰ ਦਾ, ਲੋਭ ਦਾ, ਵਾਸ਼ਨਾ ਦਾ, ਤੂੰ ਆਪਣਾ ਪਰਦਾ ਹਟਾ, ਉਹ ਤੇ ਜ਼ਾਹਰ ਜ਼ਹੂਰ ਹੈ, ਹਾਜ਼ਰ ਹਜ਼ੂਰ ਹੈ, ਤੇਰੇ ਤੇ ਹੀ ਪਰਦਾ ਪੈ ਗਿਆ ਹੈ, ਕੋਈ ਸਾਜਨ ਪਰਦਾ ਤੋਰਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ,
ਇਹ ਪ੍ਰਭੂ ਹੈ ਕੋਈ ਐਸਾ ਪੜਦਾ ਜਿਹੜਾ ਪੜਦਾ ਤੈਨੂੰ ਛੁਪਾ ਲਵੇ? ਫਿਰ ਪੜਦਾ ਵੱਡਾ, ਰੱਬ ਨਹੀਂ ਵੱਡਾ। ਫਿਰ ਪੜਦੇ ਦੀ ਪੂਜਾ ਕਰੀਏ, ਰੱਬ ਦੀ ਕੀ ਪੂਜਾ ਕਰਨ ਦੀ ਲੋੜ ਹੈ? ਐਸਾ ਵੀ ਪੜਦਾ ਜਿਹੜਾ ਪਰਮਾਤਮਾ ਨੂੰ ਛੁਪਾ ਦਿੰਦਾ। ਸਾਧਨਾ ਕੀ ਹੈ? ਸਿਰਫ ਅੰਦਰ ਪ੍ਰਵੇਸ਼ ਕਰਨਾ ਹੈ, ਧਿਆਨ ਨੂੰ ਇਤਨੀ ਗਹਿਰਾਈ ਤੱਕ ਲੈ ਜਾਣਾ ਹੈ ਤਾਂ ਕਿ ਆਤਮ ਤੱਤ ਬ੍ਰਹਮ ਗਿਆਨ ਪ੍ਰਗਟ ਹੋ ਜਾਏ। ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ, ਧਿਆਨ ਜਿਤਨਾ ਗਹਿਰਾ ਜਾਏਗਾ ਗਿਆਨ ਇਤਨਾ ਉੱਪਰ ਉੱਠੇਗਾ, ਉਤਨੀਆਂ ਬੁਲੰਦੀਆਂ ਨੂੰ ਛੂਏਗਾ। ਐਨ ਕਿਣਕਾ ਮਾਤਰ ਗਿਆਨ ਹੈ ਤਾਂ ਇਹਦਾ ਧਿਆਨ ਅਜੇ ਬਹੁਤ ਗਹਿਰਾ ਨਹੀਂ ਹੈ। ਧਿਆਨ ਤੇ ਕਰਮ ਬਾਹਰ ਜਾਣ ਧਨ ਲੱਭਦਾ ਹੈ, ਪਦਾਰਥ ਲੱਭਦੇ ਨੇ। ਸ਼ਬਦ ਤੇ ਧਿਆਨ ਅੰਦਰ ਜਾਏ, ਧੁਨ ਤੇ ਧਿਆਨ, ਧੁਨ ਮੇ ਧਿਆਨ, ਧਿਆਨ ਮੇ ਜਾਣਿਆ, ਧੁਨ ਤੇ ਧਿਆਨ ਅੰਦਰ ਪ੍ਰਗਟ ਹੋ ਜਾਵੇ ਤਾਂ ਭਗਵਾਨ ਪ੍ਰਗਟ ਹੁੰਦਾ ਹੈ, ਦਿਸਣ ਲੱਗ ਪੈਂਦਾ ਹੈ, ਪਰਮਾਤਮਾ ਦਿਸਣ ਲੱਗ ਪੈਂਦਾ ਹੈ। ਇਹਦੇ ਤੇ ਇੱਕ ਛੋਟੀ ਜਿਹੀ ਗਾਥਾ ਕਹਿ ਕੇ ਮੈਂ ਆਖਰੀ ਅਰਥ ਤੁਹਾਡੇ ਸਾਹਮਣੇ ਰੱਖਾਂ। ਇਸਲਾਮੀ ਜਗਤ ਵਿੱਚ ਇੱਕ ਬਹੁਤ ਅੱਛੀ ਫਕੀਰ ਹੋਈ ਹੈ, ਇਸਤਰੀ ਰਾਬੀਆ, ਉਹਦਾ ਬੜਾ ਜ਼ਿਕਰ ਹੈ। ਜੈਸੇ ਭਾਰਤ ਵਿੱਚ ਮੀਰਾਂ ਹੋਈ, ਸਿੱਖ ਜਗਤ ਵਿੱਚ ਮਾਤਾ ਭਾਗ ਕੌਰ ਹੋਈ, ਇਸਲਾਮ ਵਿੱਚ ਰਾਬੀਆ ਹੋਈ ਹੈ। ਬੜੀ ਕੀਮਤੀ ਉਹ ਰੂਹ ਸੀ। ਸ਼ਾਮ ਨੂੰ ਰੋਜ਼ ਕੁਰਾਨ ਦੀ ਤਲਾਵਤ ਕਰਦੀ ਸੀ, ਇਤਨੀ ਸੁਰ ਵਿੱਚ ਕਰਦੀ ਸੀ, ਕੁਰਾਨ ਦਾ ਰੂਪ ਹੋ ਜਾਂਦੀ ਸੀ, ਲੋਕ ਸੁਣਨ ਲਈ ਆਉਂਦੇ ਸਨ। ਸ਼ਾਮ ਨੂੰ ਸੂਰਜ ਗਰੂਬ ਹੋ ਜਾਏ, ਇਸ਼ਾ ਦੀ ਨਮਾਜ਼ ਤੋਂ ਬਾਅਦ ਉਹ ਤਲਾਵਤ ਕਰਦੀ ਸੀ, ਪਾਠ ਕਰਦੀ ਸੀ। ਤੇ ਪਾਠ ਕਰਨ ਦਾ ਉਸਦਾ ਐਸਾ ਢੰਗ ਕੁਰਾਨ ਦਾ ਰੂਪ ਹੋ ਜਾਂਦੀ ਸੀ। ਕੁਰਾਨ ਨੂੰ ਪੜ੍ਹਦਿਆਂ ਪੜ੍ਹਦਿਆਂ ਕੁਰਾਨ ਦਾ ਰੂਪ। ਇਸ ਵਾਸਤੇ ਮੈਂ ਅਕਸਰ ਅਰਜ਼ ਕਰਨਾ ਹੁੰਦਾ, ਬਾਣੀ ਜਪਦਿਆਂ ਜਪਦਿਆਂ ਮਨੁੱਖ ਬਾਣੀ ਦਾ ਰੂਪ ਨਹੀਂ ਹੋਇਆ, ਜਿਤਨੇ ਚਿਰ ਤੱਕ ਉਤਨੇ ਚਿਰ ਤੱਕ ਦਵੈਤ ਬਣੀ ਰਹੇਗੀ, ਦੂਰੀ ਬਣੀ ਰਹੇਗੀ। ਔਰ ਜਿਸ ਦਿਨ ਬਾਣੀ 'ਚ ਮਨੁੱਖ ਦਾ ਧਿਆਨ ਲੀਨ ਆਉਂਦਾ ਹੈ, ਉਹਦੇ ਸਾਰੇ ਵਿਵਹਾਰ ਵਿੱਚ ਗੁਰਬਾਣੀ ਟਪਕਦੀ ਹੈ, ਝਲਕਦੀ ਹੈ। ਗੀਤਾ ਦਾ ਪਾਠ ਤੇ ਕਰਦਾ ਪਿਆ, ਵਿਵਹਾਰ ਵਿੱਚ ਗੀਤਾ ਨਹੀਂ ਹੈ। ਗੁਰਬਾਣੀ ਦਾ ਪਾਠ ਤੇ ਕਰਦਾ ਪਿਆ, ਵਿਵਹਾਰ ਵਿੱਚ ਤੇ ਦੁਸ਼ਟਪਣਾ ਪ੍ਰਗਟ ਪਿਆ ਹੁੰਦਾ ਹੈ। ਕੁਰਾਨ ਦਾ ਪਾਠ ਤੇ ਕਰ ਰਿਹਾ, ਵਿਵਹਾਰ ਵਿੱਚ ਤੇ ਸ਼ੈਤਾਨ ਪ੍ਰਗਟ ਹੋ ਰਿਹਾ। ਨਹੀਂ, ਅਜੇ ਸਭ ਖੇਡ ਉੱਪਰੋਂ ਉੱਪਰੋਂ ਹੈ, ਅਜੇ ਧਿਆਨ ਗਹਿਰਾ ਨਹੀਂ ਗਿਆ। ਹਸਨ ਰੋਜ਼ ਨਵੇਂ ਤੋਂ ਨਵਾਂ ਪ੍ਰਸ਼ਨ ਕਰ ਦਿੰਦਾ ਸੀ ਰਾਬੀਆ ਤੇ ਪਾਠ ਤੋਂ ਬਾਅਦ, ਔਰ ਰਾਬੀਆ ਉਸਨੂੰ ਬੜੀ ਸਮਝਾਉਂਦੀ ਸੀ, ਤੂੰ ਆਉਂਦਾ ਪਾਠ ਸੁਣਨ ਵਾਸਤੇ ਸੁਣ, ਮੈਂ ਦੇਖਦਾ ਤੂੰ ਸੁਣਨ ਵਾਸਤੇ ਨਹੀਂ ਆਉਂਦਾ, ਮੈਂ ਐਸਾ ਦੇਖ ਰਹੀ ਹਾਂ ਤੂੰ ਬੋਲਣ ਵਾਸਤੇ ਆਉਂਦਾ, ਤੂੰ ਤਰਕ ਇਕੱਠੀ ਕਰਦਾ ਬੋਲਣ ਵਾਸਤੇ ਆਉਂਦਾ, ਸੁਣਦਾ ਨਹੀਂ। ਸੁਣੇ ਤਾਂ ਧਿਆਨ ਥੋੜ੍ਹਾ ਗਹਿਰਾ ਜਾਵੇ, ਲੇਕਿਨ ਇਹ ਗੱਲ ਹਸਨ ਦੀ ਪਕੜ ਵਿੱਚ ਨਹੀਂ ਆਉਂਦੀ ਸੀ। ਉਹਨੇ ਪ੍ਰਤੱਖ ਪ੍ਰਮਾਣ ਦੇ ਰਾਹੀਂ ਸਮਝਾਉਣ ਦਾ ਯਤਨ ਕੀਤਾ। ਇੱਕ ਦਿਨ ਪਾਠ ਦਾ ਟਾਈਮ ਤੇ ਹੋ ਗਿਆ ਸੀ, ਪਰ ਇਸਨੇ ਪਾਠ ਨਹੀਂ ਆਰੰਭ ਕੀਤਾ। ਘਰ ਦੇ ਬਾਹਰ ਮੁਸ਼ਾਲ ਜਲਦੀ ਸੀ, ਪੁਰਾਣੇ ਜ਼ਮਾਨੇ 'ਚ ਹਰ ਚੌਕ ਦੇ ਉੱਤੇ ਮੁਸ਼ਾਲਾਂ ਜਲਾਈਆਂ ਜਾਂਦੀਆਂ ਸਨ ਤਾਂ ਕਿ ਰਾਹਗੀਰਾਂ ਨੂੰ ਚਾਨਣਾ ਮਿਲੇ ਰਾਤ ਨੂੰ।
ਮੈਂ ਕੰਧਾਰ ਅਤੇ ਗਜ਼ਨੀ ਵਿੱਚ ਵੀ ਮਸ਼ਾਲਾਂ ਜਲਦੀਆਂ ਹੋਈਆਂ ਦੇਖੀਆਂ ਸਨ, ਗਾਲਬਨ ਸੰਨ 60 ਦੇ ਵਿੱਚ। ਇਹ ਇਲੈਕਟ੍ਰਿਸਿਟੀ ਨਹੀਂ ਸੀ, ਬਿਜਲੀ ਨਹੀਂ ਸੀ, ਮਸ਼ਾਲਾਂ ਜਲਾਉਂਦੇ ਸਨ। ਮੈਂ ਗੁਰਦੁਆਰੇ 'ਚ ਵੀ ਗਜ਼ਨੀ 'ਚ ਮਸ਼ਾਲ ਜਲਦੀ ਹੋਈ ਦੇਖੀ ਸੀ, ਮਸ਼ਾਲ ਹੀ ਜਲਾਉਂਦੇ ਸਨ। ਚੌਂਕ 'ਤੇ ਘਰ ਸੀ ਰਾਬੀਆ ਦਾ ਅਤੇ ਚੌਂਕ ਦੇ ਉੱਤੇ ਮਸ਼ਾਲ 'ਚ ਮਸ਼ਾਲ ਜਲਾ ਕੇ ਚਲਾ ਗਿਆ ਸੀ। ਇਹ ਮਸ਼ਾਲ ਦੀ ਰੋਸ਼ਨੀ ਦੇ 'ਚ ਕੁਝ ਲੱਭ ਰਹੀ ਸੀ। ਇਤਨੇ 'ਚ ਹਸਨ ਆ ਗਿਆ। ਉਹਨੇ ਆਖਿਆ, ਰਾਬੀਆ ਕੀ ਖੋ ਗਿਆ, ਮੈਂ ਮਦਦ ਕਰਾਂ ਲੱਭਣ ਦੀ। ਕੀ ਗੁਆਚ ਗਿਆ, ਕੀ ਲੱਭ ਰਹੀ ਹੈ? ਰਾਬੀਆ ਕਹਿੰਦੀ ਹੈ, ਸੂਈ ਖੋ ਗਈ ਹੈ, ਸੂਈ ਖੋ ਗਈ ਹੈ। ਹਸਨ ਕਹਿੰਦਾ, ਅੰਦਾਜ਼ਾ ਹੈ ਕਿੱਥੇ ਖੋਈ ਹੈ? ਕਹਿਣ ਲੱਗੀ, ਘਰ ਦੇ ਕਮਰੇ 'ਚ ਖੋਈ ਹੈ, ਕੋਠੇ 'ਚ। ਖਿੜ ਖਿੜਾ ਕੇ ਹਸਨ ਹੱਸ ਪਿਆ। ਕਹਿੰਦਾ, ਸ਼ੱਕ ਤਾਂ ਮੈਨੂੰ ਕਈ ਦਿਨਾਂ ਦਾ ਸੀ, ਤੇਰਾ ਦਿਮਾਗ ਹਿਲਿਆ ਹੋਇਆ, ਅੱਜ ਤਾਂ ਗੱਲ ਸਪਸ਼ਟ ਹੋ ਗਈ। ਸੂਈ ਕੋਠੇ ਦੇ 'ਚ ਖੋਈ ਹੈ, ਘਰ ਦੇ 'ਚ, ਅਤੇ ਲੱਭਦੀ ਬਾਹਰ ਪਈ ਹੈ। ਕੀ ਕਰਾਂ ਹਸਨ, ਘਰ ਦੇ 'ਚ ਅੰਧੇਰਾ ਹੈ, ਬਾਹਰ ਰੋਸ਼ਨੀ ਹੈ, ਬਾਹਰ ਮਸ਼ਾਲ ਪਈ ਜਲਦੀ ਹੈ, ਕੀ ਕਰਾਂ, ਘਰ ਦੇ 'ਚ ਮਸ਼ਾਲ ਨਹੀਂ ਹੈ। ਤੋ ਪਤਾ ਹੈ ਹਸਨ ਨੇ ਕੀ ਆਖਿਆ, ਅਤੇ ਜੇ ਘਰ ਦੇ 'ਚ ਮਸ਼ਾਲ ਨਹੀਂ ਤਾਂ ਘਰ ਦੇ 'ਚ ਮਸ਼ਾਲ ਜਲਾ। ਰਾਬੀਆ ਕਹਿਣ ਲੱਗੀ, ਮੂਰਖਾ ਤੈਨੂੰ ਸਮਝਾ ਸਮਝਾ ਕੇ ਮੈਂ ਥੱਕ ਗਈ ਹਾਂ, ਤੂੰ ਮਸ਼ਾਲ ਜਲਾ, ਤੈਨੂੰ ਖੁਦਾ ਦਾ ਚਾਨਣਾ ਅੰਦਰੋਂ ਲੱਭ ਪਏਗਾ, ਕਿੱਥੇ ਬਾਹਰ ਭਟਕਦਾ, ਕਿੱਥੇ ਤੱਕ ਭਟਕੇਗਾ। ਇਹ ਤੈਨੂੰ ਸਮਝਾਉਣ ਵਾਸਤੇ ਮੈਂ ਪਖੰਡ ਰਚਿਆ, ਤੇਰੀ ਪਕੜੇ 'ਚ ਕੁਝ ਗੱਲ ਆ ਜਾਏ। ਉਹ ਅੰਦਰ ਹੈ ਉਹਦੀ, ਤੈਨੂੰ ਸਮਝ ਨਹੀਂ, ਸਮਝ ਪੈਦਾ ਕਰ। ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਬੁਲਾ। ਐਸਾ ਮਨੁੱਖ ਚੌਥੇ ਪੜਾਅ 'ਚ ਅੰਤਰਮੁਖੀ ਹੋ ਜਾਂਦਾ ਹੈ, ਉਹ ਕਰਮ ਕਰਦਾ ਨਹੀਂ, ਹੁੰਦੇ ਨੇ ਕਰਮ, ਉਸ ਤੋਂ ਹੁੰਦੇ ਨੇ, ਕਰਦਾ ਨਹੀਂ। ਕਰਮ ਕਰਤ ਹੋਵੇ ਨਹਿ ਕਰਮ, ਕਰਤਾਪਨ ਖਤਮ ਹੋ ਜਾਂਦਾ ਹੈ। ਤੁਸੀਂ ਆਖੋਗੇ ਕਰਮ ਤਾਂ ਕਰਦਾ ਹੈ, ਪਰ ਕਰਤਾਪਨ ਕਿਸ ਤਰ੍ਹਾਂ ਖਤਮ ਹੋ ਜਾਂਦਾ ਹੈ? ਕਰਮ ਉਸ ਤੋਂ ਹੁੰਦੇ ਨੇ, ਕਰਦਾ ਨਹੀਂ। ਇਸ ਤਰ੍ਹਾਂ ਜਿਵੇਂ ਸਵਾਸ ਚੱਲਦੇ ਨੇ, ਮਨੁੱਖ ਚਲਾਉਂਦਾ ਨਹੀਂ ਹੈ। ਖੂਨ ਚੱਲਦਾ ਹੈ ਨਸਾਂ ਵਿੱਚ, ਮਨੁੱਖ ਚਲਾਉਂਦਾ ਨਹੀਂ ਹੈ। ਦਿਲ ਧੜਕਦਾ ਹੈ, ਮਨੁੱਖ ਧੜਕਾਉਂਦਾ ਨਹੀਂ ਹੈ। ਇਸ ਤਰ੍ਹਾਂ ਹੀ ਅੰਦਰੋਂ ਵਾਹਿਗੁਰੂ ਵਾਹਿਗੁਰੂ ਚੱਲਦਾ ਹੈ, ਮਨੁੱਖ ਵਾਹਿਗੁਰੂ ਚਲਾਉਂਦਾ ਨਹੀਂ ਹੈ, ਆਪੇ ਹੀ ਹੁੰਦਾ, ਸਹਿਜ ਅਵਸਥਾ ਬਣ ਜਾਂਦੀ। ਔਰ ਇਹ ਪਰਮਾਤਮਾ ਦੀ ਪ੍ਰਾਪਤੀ ਹੈ, ਪਰਮਾਤਮਾ ਦੀ ਪ੍ਰਾਪਤੀ, ਸ਼ਕਤੀ ਦੀ ਪ੍ਰਾਪਤੀ, ਆਨੰਦ ਦੀ ਪ੍ਰਾਪਤੀ, ਦੈਵੀ ਗੁਣਾਂ ਦੀ ਪ੍ਰਾਪਤੀ, ਮਹਾਨ ਰਸ ਦੀ ਪ੍ਰਾਪਤੀ, ਸਵਪਨ ਦੀ ਪ੍ਰਾਪਤੀ, ਕੋਮਲਤਾ ਦੀ ਪ੍ਰਾਪਤੀ, ਹਜ਼ਾਰਾਂ ਅਰਬਾਂ ਖਰਬਾਂ ਗੁਣਾਂ ਨੂੰ ਇੱਕ ਸ਼ਬਦ ਵਿੱਚ ਬਿਆਨ ਕਰਨਾ ਹੋਵੇ, ਪਰਮਾਤਮਾ, ਪਰਮਾਤਮਾ ਦੀ ਪ੍ਰਾਪਤੀ ਸਭ ਕੁਝ ਦੀ ਪ੍ਰਾਪਤੀ ਹੈ, ਸਭ ਕੁਝ ਦੀ ਪ੍ਰਾਪਤੀ, ਸਭ ਕੁਝ ਦੀ ਪ੍ਰਾਪਤੀ ਨਹੀਂ ਹੈ। ਪਰ ਉਹ ਸਭ ਕੁਛ ਪ੍ਰਭੂ ਬਾਹਰ ਨਹੀਂ ਮਿਲੇਗਾ। ਅੱਜ ਤੱਕ ਜੋ ਕੁਛ ਮਿਲਿਆ ਮਨੁੱਖ ਨੂੰ ਬਾਹਰ ਮਿਲਿਆ, ਅਤੇ ਹੁਣ ਮੈਂ ਅਰਜ਼ ਕਰਾਂ, ਕਰਕੇ ਵੀ ਨਹੀਂ ਮਿਲੇਗਾ,
प्रवृत्त कर्म, कर्म करके थकेगा टूटेगा, ठीक है निर्भय भी हो गया, हृदय बैरागी भी हो गया, मिलाप थे कोई नहीं। अगर मिलाप भी कर्मा नाल हो जाए तो मेरा कीता होया कर्म परमात्मा की कीमत होगी, उम्मीद है गल पकड़ दे जाएगी, कर करके नहीं मिलता। ये एक पंक्ति थानों श्रवण करा के मैं अखरी अर्थ करा, कर करके नहीं मिलता। और ये बोल ने धन गुरु नानक देव जी महाराज ने, गाल ना मिलियो, गालना नाल ते मैनू नहीं मिलिया, सेव ना मिलियो, सेवा नाल भी नहीं मिलिया, दान पुन नाल भी नहीं मिलिया, दान भी सेवा है। शरीरक मेहनत नाल, दिमागी मेहनत नाल धन कमाया, दान कीता, सेवा है, सिमरन नहीं है। महाराज कहते हैं सेवा नाल भी नहीं मिलिया, गालना नाल भी नहीं मिलिया, जप नाल भी नहीं मिलिया, पर मिलिया तो है, पर किवें मिलिया है? तो सतगुरु दसदे ने काल ना मिलियो, सेव ना मिलियो, मिलियो आए अचिंता, अचनचेत मिले, अपने आप मिले। मेरा कोई भी कर्म इस महान आनंद की कीमत नहीं है, मेरी कोई भी गालना इस महान रस की कीमत नहीं है। गालना गाल गाल के इतना पता चलता है, कर्म कर करके इतना पता जरूर चलता है कि मेरा कोई भी कर्म उसकी कीमत नहीं है। मेरे कोई भी कर्म का यह आनंद फल नहीं है, लेकिन कर्म कीते बिना यह समझ नहीं आती कि कर करके नहीं मिलता, निष्कर्म होके मिलता है। हाथ पैर नाल कर्म करदिया नहीं मिलता, मानसिक कर्म नाल भी नहीं मिलता, निष्कर्म नाल मिलता है। मन नूं निष्कर्म करना है, कोई विचार ना चलन, विचार रुक जान, जैसे विचार शांत होंदे ने निरंकार प्रगट हो जाता है। इसे नूं कहे सुन समाद अनहद तैनात, कहन ना जाई अचर्ज बिस्माद। उन्हों सुन समाद आखे, विचार भी नहीं चलते पे, कोई शरीरक कर्म भी नहीं, कोई मानसिक कर्म भी नहीं, परमात्मा ही परमात्मा। ऐसी हालत विच वह जो कुछ करता है करता नहीं, उस तो होता है। और यह हालत अंदरों लभदी है। कहिंदे ने 12 साल की लंबी साधना तो बाद सिद्धार्थ महात्मा बुद्ध होके जब वापस घर गया तो उन्हें पहले तो बड़ा डांटिया है, राजे का लड़का भिखारी बन के आया, हाथ देश तेरे भिक्षा पात्र है, ये दस की मिले है तेन बटक बटक के, की मिले है? ये महात्मा बुद्ध दे बोल ने, सिद्धार्थ दे बोल ने, बापू मिलिया तो कुछ भी नहीं, कुछ भी नहीं, पर जो मिलिया होया सी ना उदा पता चल गया, पहले पता नहीं सी। एक बहुत वड्डा खजाना कोल सी, पता नहीं सी, पता नहीं सी, हुण मैनू पता चल गया, पहले खजाने दे होंदिया होया मैं भिखारी सी, हुण मैं बादशाह। खजाना हूं छुपाया मुझको मुझते खा के सहरा ने, किसी को क्या खबर है कौन हूं मैं किसकी दौलत हूं। इकबाल,
ਕਹਿੰਦੇ ਬਹੁਤ ਵੱਡਾ ਖਜ਼ਾਨਾ ਰਸ ਦਾ, ਆਨੰਦ ਦਾ, ਖੇੜੇ ਦਾ, ਸੰਪਦਾ ਦਾ, ਖੁਸ਼ੀਆਂ ਦਾ, ਸ਼ਕਤੀ ਦਾ, ਪਰ ਕੀ ਕਰਾਂ, ਰੇਤ ਦੇ 'ਚ ਦੱਬਿਆ ਪਿਆ, ਤਨ ਦੇ 'ਚ ਦੱਬਿਆ ਪਿਆ, ਤਾਂ ਬਸ ਇਸ ਰੇਤ ਨਾਲ ਹੀ ਮੈਂ ਖੇਡਦਾ ਪਿਆ, ਅੰਦਰ ਪ੍ਰਵੇਸ਼ ਹੀ ਨਹੀਂ ਕੀਤਾ। ਖਜ਼ਾਨਾ ਹੂੰ ਛੁਪਾਇਆ, ਮੁਝ ਕੋ ਮੁਸ਼ਤੇ ਖਾ ਕੇ ਸਹਿਰਾ ਨੇ, ਕਿਸੀ ਕੋ ਕਿਆ ਖਬਰ ਹੈ ਕੌਣ ਹੋ ਮੈਂ, ਕਿਸ ਕੀ ਦੌਲਤ ਹੋ। ਚੌਥੇ ਪੜਾਓ ਦੇ 'ਚ ਕਰਮ ਸਹਿਜ ਹੋ ਜਾਂਦਾ ਹੈ, ਸਹਿਜ ਸਵੈਮ ਤੋਂ ਜਨਮਦਾ ਹੈ, ਭਾਵ ਆਪਣੇ ਆਪ ਕਰਮ ਹੋ ਰਹੇ ਨੇ, ਉਹ ਕਰਦਾ ਨਹੀਂ ਹੈ। ਹਰ ਚੌਥੜੀ ਲਾਓ ਮਨ ਸਹਿਜ ਭਇਆ, ਹਰ ਪਾਇਆ ਬਲਰਾਮ ਜੀਓ। ਹੁਣ ਕਰਨਾ ਨਹੀਂ, ਨਿਸ਼ਕਰਮ ਹੋ ਗਏ, ਕਰਮ ਕਰਤ ਹੋਵੇ ਨਹਿ ਕਰਮ। ਜੈਸੇ ਮਨ ਨਿਸ਼ਕਰਮ ਹੋਇਆ ਪਰਮਾਤਮਾ ਪ੍ਰਗਟ ਹੋ ਗਿਆ। ਸਾਰਾ ਕਰਨਾ ਇਸ ਵਾਸਤੇ ਹੈ ਕਿ ਨਿਸ਼ਕਰਮ ਹੋ ਜਾਈਏ, ਮਨ ਟਿਕ ਜਾਏ, ਅਤੇ ਜੇ ਮਨ ਟਿਕ ਜਾਏ ਮਨ ਕੁਛ ਵੀ ਨਹੀਂ ਕਰਦਾ। ਪਰਮਾਤਮਾ ਮਿਲਦਾ ਕਰ ਕਰਕੇ ਨਹੀਂ ਮਿਲਦਾ, ਨਾ ਕਰਨ ਨਾਲ ਮਿਲਦਾ। ਮੈਂ ਫਿਰ ਅਰਜ਼ ਕਰਾਂ, ਨਾ ਕਰਨ ਨਾਲ ਮਿਲਦਾ, ਹੋਰ ਕੋਈ ਚੰਗੇ ਸ਼ਬਦ ਮੈਨੂੰ ਲੱਭਦੇ ਨਹੀਂ ਪਏ। ਕਰਮ ਕਰਤ ਹੋਵੇ ਨਹਿ ਕਰਮ। ਜਦ ਮੈਨੂੰ ਕਈ ਮਿਲਦੇ ਨੇ, ਅੱਜ ਚਾਰ ਪਾਠ ਕੀਤੇ ਨੇ ਜਪਜੀ ਸਾਹਿਬ ਦੇ, ਅੱਜ ਛੇ ਪਾਠ ਕੀਤੇ ਨੇ ਸੁਖਮਨੀ ਸਾਹਿਬ ਦੇ, ਤੋ ਕੀਤੇ ਨੇ, ਕਰਨਾ ਤਾਂ ਚੱਲ ਰਿਹਾ। ਇਸ ਕਰਨ ਦੇ ਨਾਲ ਨਾਲ ਕਿਧਰੇ ਨਿਸ਼ਕਰਮ ਵੀ ਪ੍ਰਗਟ ਹੋਵੇ ਤਾਂ ਤਾਂ ਖੇਡ ਬਣਦੀ, ਵਰਨਾ ਨਹੀਂ ਬਣਦੀ। ਕਰਨਾ ਜਾਰੀ ਹੈ, ਕਰਨ ਨਾਲ ਇੱਕ ਦਿਨ ਸਮਝ ਆਉਂਦੀ ਹੈ ਕਿ ਕਰਨ ਨਾਲ ਨਹੀਂ ਮਿਲੇਗਾ, ਇਹ ਕਰ ਕਰਕੇ ਸਮਝ ਆਉਂਦੀ ਹੈ। ਪਰ ਜਿਤਨੇ ਚਿਰ ਤੱਕ ਇਹ ਸਮਝ ਨਹੀਂ ਆਉਂਦੀ ਕਿ ਨਿਸ਼ਕਰਮ ਨਾਲ ਮਿਲੇਗਾ, ਸਹਿਜ ਅਵਸਥਾ 'ਚ ਮਿਲੇਗਾ, ਉਤਨੇ ਚਿਰ ਤੱਕ ਇਹ ਕਰਨਾ ਜਾਰੀ ਰਹਿੰਦਾ। ਕਈ ਦਫ਼ਾ ਤਾਂ ਜ਼ਿੰਦਗੀ ਦਾ ਅੰਤ ਹੋ ਜਾਂਦਾ ਅਤੇ ਕਰਮ ਕਾਂਡ ਜਾਰੀ ਰਹਿੰਦਾ, ਖੇਡ ਬਣਦੀ ਨਹੀਂ, ਉਹ ਅਵਸਥਾ ਬਣਦੀ ਨਹੀਂ। ਮਹਾਰਾਜ ਕਹਿੰਦੇ ਨੇ ਸਹਿਜ ਅਵਸਥਾ ਬਣ ਗਈ, ਹੁਣ ਸਭ ਕੁਝ ਸੁਤੇ ਸਿੱਧ ਹੋ ਰਿਹਾ ਔਰ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ। ਹਰ ਚੌਥੜੀ ਲਾਓ ਮਨ ਸਹਿਜ ਭਇਆ, ਹਰ ਪਾਇਆ ਬਲਰਾਮ ਜੀਓ, ਗੁਰਮੁਖ ਮਿਲਿਆ ਸਵਾਏ, ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀ। ਸੁਭਾਅ ਵਿੱਚ ਇਤਨੀ ਗੁਰਮੁਖਤਾ ਹੀ ਆ ਗਈ ਹੈ, ਹੁਣ ਤਨ ਨੂੰ ਅਤੇ ਮਨ ਨੂੰ ਪਰਮਾਤਮਾ ਤੋਂ ਇਲਾਵਾ ਹੋਰ ਕੁਛ ਵੀ ਚੰਗਾ ਨਹੀਂ ਲੱਗਦਾ, ਸਭ ਕੁਝ ਬੇਮੈਨੀ ਹੋ ਗਿਆ। ਪਰਮਾਤਮਾ ਹੀ ਪਰਮਾਤਮਾ ਮਿੱਠਾ ਲੱਗਦਾ, ਚੰਗਾ ਲੱਗਦਾ, ਸਭ ਕੁਝ ਰਸ ਉਸੇ ਵਿੱਚ ਹੈ। ਹਰ ਮੀਠਾ ਲਾਇਆ ਮੇਰੇ ਪ੍ਰਭਾਇਆ, ਅੰਨ ਦਿਨ ਹਰ ਲਿਵ ਲਾਈ, ਹੁਣ ਦਿਨ ਰਾਤ ਉਸੇ ਵਿੱਚ ਲਿਵ ਜੁੜੀ ਹੋਈ ਹੈ, ਉਸੇ 'ਚ ਹੀ ਸੁਰਤ ਜੁੜੀ ਹੋਈ ਹੈ, ਔਰ ਮਿਠਾਸ ਬਣਿਆ ਹੋਇਆ, ਆਨੰਦ ਬਣਿਆ ਹੋਇਆ, ਤਰੰਗ ਬਣਿਆ ਹੋਇਆ। ਸਾਹਿਬ ਐਸਾ ਜੋ ਹੈ ਫਰਮਾਨ ਪੈ ਕਰਦੇ ਨੇ, ਹਰ ਮੀਠਾ ਲਾਇਆ ਮੇਰੇ ਪ੍ਰਭਾਇਆ, ਅੰਨ ਦਿਨ ਹਰ ਲਿਵ ਲਾਈ, ਮਨ ਚਿੰਦਿਆਂ ਫਲ ਪਾਇਆ ਸੁਆਮੀ, ਹਰ ਨਾਮ ਵਜੀ ਵਾਧਾਈ। ਮਨ ਭਾਉਂਦੇ ਪਦਾਰਥ ਦੀ ਪ੍ਰਾਪਤੀ ਹੋ ਗਈ, ਤੋ ਜਦ ਪ੍ਰਾਪਤੀ ਹੋ ਗਈ ਤੋ ਖਾਹਿਸ਼ਾਂ ਮਿਟ ਗਈਆਂ। ਸੰਸਾਰ ਵਿੱਚ ਇੱਕ ਖਾਹਿਸ਼ ਪੂਰੀ ਹੋਵੇ, 10 ਪੈਦਾ ਹੋ ਜਾਂਦੀਆਂ। ਇੱਕ ਪਦਾਰਥ ਮਿਲਿਆ, 10 ਪਦਾਰਥ ਦੀ ਇੱਛਾ ਪੈਦਾ ਹੋ ਜਾਂਦੀ। ਕੁਛ ਵੀ ਮਿਲੇ ਖਾਹਿਸ਼ਾਂ ਮਿਟਦੀਆਂ ਨੇ, ਪਰਮਾਤਮਾ ਦੇ ਮਿਲਦਿਆਂ ਸਾਰੀਆਂ ਇੱਛਾਵਾਂ ਸ਼ਾਂਤ ਹੋ ਜਾਂਦੀਆਂ। ਸਾਚ ਨਾਮ ਆਧਾਰ ਮੇਰਾ, ਜਿਨ ਬੁੱਖਾਂ ਸਭ ਸ਼ਾਂਤ ਹੋ ਜਾਂਦੀਆਂ। ਸਾਰੀਆਂ ਇੱਛਾਵਾਂ ਕਦੋਂ ਪੂਰੀਆਂ ਹੁੰਦੀਆਂ ਨੇ? ਸਭੇ ਇੱਛਾ ਪੂਰੀਆਂ ਜਾਂ ਪਾਇਆ
ਆਗਮ ਅਪਾਰਾ, ਆਗਮ ਅਪਾਰਾ। ਜਿਤਨੇ ਚਿਰ ਤੱਕ ਉਹ ਨਹੀਂ ਮਿਲਿਆ, ਇੱਛਾ ਪੈਦਾ ਹੁੰਦੀ ਰਹੇਗੀ। ਅਤੇ ਇੱਛਾਵਾਂ ਦਾ ਪੈਦਾ ਹੋਣਾ ਕਾਮਨਾਵਾਂ ਕਰਕੇ, ਸਾਧਨਾ ਕਰਨੀ, ਤਾਂ ਗੱਲ ਸਮਝ ਆ ਗਈ। ਅਜੇ ਉਸ ਪਰਮਾਤਮਾ ਦਾ ਬੋਧ ਇਸਦੇ ਕੋਲ ਜੋ ਹੈ ਨਹੀਂ ਹੈ। ਮਨ ਭਾਉਂਦਾ ਪਦਾਰਥ ਕੀ ਹੈ? ਮਨ ਦੀ ਇੱਛਾ ਪੂਰੀ ਹੋਣੀ ਕੀ ਹੈ? ਪਰਮਾਤਮਾ ਦਾ ਮਿਲਣਾ ਹੀ ਸਾਰੀਆਂ ਇੱਛਾਵਾਂ ਦੀ ਪੂਰਤੀ ਹੈ। ਇੱਛਾ ਦੀ ਪੂਰਤੀ ਇੱਛਾ ਦੀ ਪੂਰਤੀ ਨਹੀਂ ਹੈ। ਇੱਕ ਇੱਛਾ ਪੂਰੀ ਹੋ ਗਈ, 10 ਪੈਦਾ ਹੋ ਜਾਣਗੀਆਂ, ਸਾਰੀ ਜ਼ਿੰਦਗੀ ਖਾਹਿਸ਼ਾਂ 'ਚ ਰਹੇਗੀ। ਤਾਂ ਸਾਹਿਬ ਇੱਥੇ ਕਹਿੰਦੇ ਨੇ, ਮਨ ਚਿੰਦਿਆਂ ਫਲ ਪਾਇਆ ਸਵਾਮੀ, ਹਰ ਨਾਮ ਵਜੇ ਵਧਾਈ। ਵਧਾਈ ਤੋਂ ਮਤਲਬ ਹੈ ਹਰ ਵਕਤ ਵਾਧਾ ਵੱਧਦਾ ਜਾ ਰਿਹਾ। ਜੋ ਰਸ ਮਿਲਿਆ ਰੁਕਿਆ ਹੋਇਆ ਨਹੀਂ, ਤੇ ਸੰਤ ਛੋੜ ਦੇਣ, ਰਸ ਵੱਧਦਾ ਜਾ ਰਿਹਾ, ਖੇੜਾ ਵੱਧਦਾ ਜਾ ਰਿਹਾ, ਆਨੰਦ ਵੱਧਦਾ ਜਾ ਰਿਹਾ, ਪ੍ਰਕਾਸ਼ ਵੱਧਦਾ ਜਾ ਰਿਹਾ। ਜ਼ਿੰਦਗੀ ਦੇ ਅੰਤਿਮ ਸਮੇਂ ਤੱਕ ਇਹ ਸ਼ਕਤੀ, ਇਹ ਗੁਣ ਵੱਧਦਾ ਹੀ ਜਾਂਦਾ, ਵਧਾਈ ਵਾਧਾ ਬਣਿਆ ਰਹਿੰਦਾ। ਦਿਨ ਦਿਨ ਚੜ੍ਹੇ ਸਵਾਇਆ, ਨਾਨਕ ਹੋਤ ਨਾ ਘਾਟ। ਸਵਾਇਆ ਹੁੰਦਾ ਜਾ ਰਿਹਾ, ਵੱਧਦਾ ਜਾ ਰਿਹਾ, ਵੱਧਦਾ ਜਾ ਰਿਹਾ। ਉਹ ਆਪ ਅਸੀਮ ਹੈ, ਉਹਦਾ ਆਨੰਦ ਵੀ ਸੀਮ ਹੈ, ਕਿਸੇ ਸੀਮਾ 'ਤੇ ਨਹੀਂ ਪਹੁੰਚਦਾ। ਉਹ ਆਪ ਅਸੀਮ ਹੈ, ਉਹਦੀ ਸ਼ਕਤੀ ਵੀ ਅਸੀਮ ਹੈ। ਤੋ ਐਸੇ ਮਨੁੱਖ ਦੀ ਸ਼ਕਤੀ ਦੀ ਵੀ ਕੋਈ ਸੀਮਾ ਨਹੀਂ ਆਉਂਦੀ, ਵੱਧਦੀ ਜਾਂਦੀ। ਨਾਪ ਤੋਲ ਨਹੀਂ ਸਕਦੇ ਇਸ ਭਗਤ ਕੋਲ ਕਿਤਨਾ ਆਨੰਦ ਹੈ। ਉੱਥੇ ਰੋਜ਼ ਰੋਜ਼ ਵੱਧ ਰਿਹਾ, ਖਿੰਨ ਖਿੰਨ ਦੇ 'ਚ ਵੱਧ ਰਿਹਾ। ਨਾਪ ਨਹੀਂ ਸਕਦੇ ਇਹਦੇ ਕੋਲ ਕਿਤਨੇ ਗੁਣ ਨੇ, ਉੱਥੇ ਰੋਜ਼ ਰੋਜ਼ ਵੱਧਦੇ ਜਾ ਰਹੇ ਨੇ। ਅਸੀਮ ਹੈ ਪ੍ਰਭੂ। ਤੋ ਅਸੀਮਤਾ ਦੀ ਜੋ ਹੈ ਪ੍ਰਾਪਤੀ ਹੋ ਗਈ ਹੈ, ਵਧਾ ਹੀ ਵੱਧਦਾ ਹੀ ਜਾ ਰਿਹਾ, ਸਭ ਕੁਝ ਜੋ ਹੈ ਵੱਧਦਾ ਜਾ ਰਿਹਾ। ਨਾਮ ਦੀਆਂ ਵਾਧਾਪਣ ਵਧਾਈ ਐਸੀ ਜੋ ਹੈ ਪ੍ਰਾਪਤ ਹੋਈ। ਸਾਹਿਬ ਕਹਿੰਦੇ ਨੇ, ਹਰ ਪ੍ਰਭ ਠਾਕੁਰ ਕਾਜ ਰਚਾਇਆ, ਧਨ ਹਿਰਦੇ ਨਾਮ ਵਸ ਵਿਗਾਸੀ। ਐਸਾ ਇਹ ਕਾਰਜ, ਆਨੰਦ ਕਾਰਜ ਵਿਆਹ ਉਸ ਪਰਿਪੂਰਨ ਪਰਮਾਤਮਾ ਨੇ ਆਪ ਰਚਾਇਆ। ਜੀਵ ਆਤਮਾ ਵਿੱਚ ਵਿਗਾਸ ਪੈਦਾ ਹੋ ਗਿਆ, ਖੇੜਾ ਪੈਦਾ ਹੋ ਗਿਆ, ਔਰ ਸਭ ਕੁਝ ਸਹਿਜ ਹੋ ਗਿਆ, ਕਰਨਾ ਖਤਮ ਹੋ ਗਿਆ। ਚੌਥੀ ਲਾਂਦ 'ਚ ਲਾਵਾਂ, ਜਿਹੜਾ ਚੱਲਣਾ ਫੇਰ ਆ, ਉਹ ਤਾਂ ਖਤਮ ਹੋ ਗਿਆ, ਉਹਦੇ ਪੂਰੀ ਹੋ ਗਈ, ਕਰਨਾ ਖਤਮ ਹੋ ਗਿਆ, ਜੀਵਣਾ ਆਰੰਭ ਹੋ ਗਿਆ। ਹੁਣ ਕਰਨਾ ਕੁਛ ਵੀ ਨਹੀਂ ਹੈ, ਹੁਣ ਉਹਦੇ 'ਚ ਜੀਵਣਾ, ਜੀਵਣਾ ਆਰੰਭ ਹੋ ਗਿਆ। ਜਨ ਨਾਨਕ ਬੋਲੇ ਚੌਥੀ ਲਾਵੇਂ, ਹਰ ਪਾਇਆ ਪ੍ਰਭ ਅਬਨਾਸੀ। ਉਸ ਪਰਿਪੂਰਨ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਜੋ ਨਾਸ ਤੋਂ ਰਹਿਤ ਹੈ, ਜਿਹਦੀ ਖਾਤਰ ਕਰਮਾਂ ਵਿੱਚ ਪ੍ਰਵਿਰਤ ਹੋਏ ਸੀ, ਕਰਦੇ ਰਹੇ ਸੀ, ਕਰਦੇ ਰਹੇ ਸੀ, ਅੱਜ ਨਿਸ਼ਕਰਮ ਹੋ ਗਏ। ਪਰਮਾਤਮਾ ਦਾ ਮਿਲਣਾ ਹੋ ਗਿਆ, ਨਿਸ਼ਕਰਮ ਹੋ ਗਿਆ। ਜਿਤਨੇ ਸ਼ਬਦ ਸਨ, ਜਿਤਨਾ ਮੈਂ ਖੁਲਾਸਾ ਕਰ ਸਕਦਾ ਸੀ, ਜਿਤਨਾ ਸਮਾਂ ਸੀ, ਤੁਛ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਇਹ ਸਾਰੀਆਂ ਵਿਚਾਰਾਂ ਰੱਖੀਆਂ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਮਹਿਰਾਮਤ ਕਰਨ, ਜਿਨ੍ਹਾਂ ਦੀ ਸੰਰਚਨਾ ਦੇ ਵਿਚਾਰ ਕੁਛ ਸੰਗਤਾਂ ਦੇ ਮੰਗ ਮੁਤਾਬਕ ਤੁਹਾਡੇ ਸਾਹਮਣੇ ਆਰੰਭ ਕੀਤੀ ਸੀ। ਇਹ ਇੰਜ ਕਹਿ ਲਓ, ਮੇਰਾ ਸਮਾਂ ਸਮਾਪਤ, ਮੇਰੀ ਕਥਨ ਸ਼ਕਤੀ ਸਮਾਪਤ, ਮੇਰੀ ਸੋਚਣ ਸ਼ਕਤੀ ਦੀ ਸਮਾਪਤੀ ਇਹਨਾਂ ਚਾਰ ਲਾਵਾਂ ਦੇ ਵਿਚਾਰਾਂ ਦੀ ਸਮਾਪਤੀ ਨਹੀਂ ਹੈ। ਇਹ ਮੈਂ ਅਰਜ਼ ਕਰਾਂ, ਕਿਉਂਕਿ ਵਧਾ ਇਹ ਤਾਂ ਵੱਧ ਹੈ, ਇਹ ਤਾਂ ਵੱਧ ਹੈ। ਜਿੱਥੇ ਵੀ ਕਥਾ ਮਨੁੱਖ ਸਮਾਪਤ ਕਰਦਾ ਹੈ, ਇਹ ਕਥਾ ਵਾਚਕ ਦਾ ਸਮਾਂ ਸਮਾਪਤ ਆਉਂਦਾ ਹੈ, ਉਹਦੀ ਸੋਚਣ ਸ਼ਕਤੀ ਸਮਾਪਤ ਆਉਂਦੀ ਹੈ,
ਉਹਦੀ ਕਥਨ ਸ਼ਕਤੀ ਸਮਾਪਤ ਹੁੰਦੀ ਹੈ, ਗੁਰੂ ਦਾ ਸ਼ਬਦ ਸਮਾਪਤ ਨਹੀਂ ਆਉਂਦਾ, ਸ਼ਬਦ ਦੀ ਵਿਚਾਰ ਸਮਾਪਤ ਨਹੀਂ ਆਉਂਦੀ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਜਿਤਨੀ ਕਿਰਪਾ ਕੀਤੀ, ਜਿਤਨੀ ਬਖਸ਼ਿਸ਼ ਕੀਤੀ, ਤੁਹਾਡੇ ਸਾਹਮਣੇ ਰੱਖੀ ਹੈ। ਅਰਦਾਸ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ, ਸੁਣ ਕੇ ਨਿਸ਼ਕਰਮ ਅਵਸਥਾ ਨੂੰ ਤੁਸੀਂ ਪ੍ਰਾਪਤ ਕਰੋ, ਸੁਣਾ ਕੇ ਮੈਂ ਪ੍ਰਾਪਤ ਕਰ ਸਕਾਂ। ਮੈਂ ਤੁਹਾਡੇ ਲਈ ਅਰਦਾਸ ਕਰਾਂ, ਤੁਸੀਂ ਮੇਰੇ ਲਈ ਅਰਦਾਸ ਕਰੋ, ਔਰ ਇਸ ਤਰ੍ਹਾਂ ਸਾਰਿਆਂ ਦੀ ਜੀਵਨ ਯਾਤਰਾ ਸਫਲ ਹੋਵੇ। ਵਾਰ ਵਾਰ ਸਾਰਿਆਂ ਦਾ ਧੰਨਵਾਦ। ਬੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।